ਬਠਿੰਡਾ ਦੇ ਸਰਕਾਰੀ ਸਕੂਲ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ ਤਿੰਨ ਵਿਦਿਆਰਥੀਆਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਮਾਮਲਾ 15 ਨਵੰਬਰ ਦਾ ਹੈ। ਕੁੜੀਆਂ ਦੇ ਮਾਪਿਆਂ ਵੱਲੋਂ ਥਾਣੇ ਵਿੱਚ ਇਸ ਦੀ ਰਿਪੋਰਟ ਵੀ ਲਿਖਵਾਈ ਗਈ ਹੈ, ਪਰ ਇਸ ਮਾਮਲੇ 'ਚ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਫਿਲਹਾਲ ਕੋਈ ਵੀ ਸੁਰਾਗ ਨਹੀਂ ਆਇਆ ਹੈ। ਪੁਲਿਸ ਜਾਂਚ ਵਿੱਚ ਜੁਟੀ ਹੈ। ਅੱਜ ਲਾਪਤਾ ਬੱਚੀਆਂ ਦੇ ਮਾਪਿਆਂ ਨੇ SSP ਬਠਿੰਡਾ ਡਾਕਟਰ ਨਾਨਕ ਸਿੰਘ ਨਾਲ ਵੀ ਮੁਲਾਕਾਤ ਕੀਤੀ। ਉੱਧਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਵੱਖ ਵੱਖ ਟੀਮਾਂ ਵੱਲੋਂ ਲਾਪਤਾ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਟੀਮਾਂ ਵਿੱਚ SP ਸਿਟੀ DSP ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ 'ਚ ਪੁਲਿਸ ਦੇ ਹੱਥ ਕਾਫ਼ੀ ਸਬੂਤ ਲੱਗ ਚੁੱਕੇ ਹਨ। ਫਿਲਹਾਲ ਪੁਲਿਸ ਜਲਦ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ। ਹੁਣ ਆਇਆ ਸੀ ਮੇਰੇ ਘਰੇ ਕੁੜੀ ਦਾ, ਕਹਿੰਦਾ ਭੇਜ ਦਿਓ ਆਪਣੀ ਕੁੜੀ ਨੂੰ, ਕਹਿੰਦਾ ਸਕੂਲ ਜਾਣਾ ਹੈ। ਫਿਰ ਸ਼ਾਮ ਕੋ ਉਸ ਕੋ ਪਤਾ ਨਹੀਂ ਲੱਗਿਆ ਕਹਾਂ ਗਈ ਹੈ ਕਹਾਂ ਨਹੀਂ ਗਈ ਹੈ। ਕਬ ਕੀ ਬਾਤ ਹੈ ਜੀ? ਕੱਲ 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 ਕੀ ਸਰਕਾਰੀ ਸਕੂਲ ਮੈਂ ਜੀ, ਮਾਰ ਰੋਡ ਪੇ। ਹਾਂਜੀ, ਦੁਬਿਆਨੇ ਵਾਲੀ ਲੜਕੀ ਕਾ। ਹਾਂਜੀ, ਸਵੇਰ 7 ਵਜੇ। ਪੁਲਿਸ ਨੇ ਕਿਆ ਆਸ਼ਵਾਸਨ ਦਿਆ ਆਪਕੋ? ਪੁਲਿਸ ਨੇ ਕਹਾ ਰਿਪੋਰਟ ਲਿਖ ਲਈ ਹੈ ਜੀ, ਕਹਤੇ ਬਾਲਤੇ ਹੈ, ਦੇਖਤੇ ਹੈ। ਸੱਤਵੀਂ ਮੈਂ ਜੀ। ਸਕੂਲ ਵਾਲੋਂ ਨੇ ਕਿਹਾ ਸਕੂਲ ਆਏ ਨਹੀਂ ਹੈ ਬੱਚੇ, ਸਕੂਲ ਵੀ ਅੰਦਰ ਨਹੀਂ ਬੜੇ ਕਹਤੇ ਮੈਡਮ। ਕੱਲ੍ਹ ਸਵੇਰੇ 3 ਬੱਚੀਆਂ ਹੈਗੀਆਂ ਇਹ, ਜਿਹੜੀਆਂ ਸੀਨੀਅਰ ਸੈਕੰਡਰੀ ਸਰਕਾਰੀ ਕੁੜੀਆਂ ਦੇ ਸਕੂਲ 'ਚ ਪੜ੍ਹਦੀਆਂ, ਇਹ ਸਕੂਲ ਪੜ੍ਹਨ ਆਈਆਂ ਸੀਗੀਆਂ ਅਤੇ ਉਦੋਂ ਬਾਅਦ ਆਪਦੇ ਘਰ ਨਹੀਂ ਪਹੁੰਚੀਆਂ। ਅਸੀਂ ਇਹਨਾਂ ਦੇ ਫਾਦਰ ਦੇ ਬਿਆਨ 'ਤੇ ਕੇਸ ਰਜਿਸਟਰ ਕਰਤਾ। ਪਰ ਕੱਲ੍ਹ ਸ਼ਾਮ ਨੂੰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਲੜਕੀਆਂ ਜਿਹੜੀਆਂ ਹੈਗੀਆਂ ਮਾਨਸਾ ਰੇਲਵੇ ਸਟੇਸ਼ਨ 'ਤੇ ਉਹਨਾਂ ਦੇ ਗਲੀ ਦਾ ਕੋਈ ਬੰਦਾ ਹੈਗਾ, ਉਹਨੇ ਦੇਖੀਆਂ ਅਤੇ ਉਹਨਾਂ ਨੂੰ ਪੁੱਛਿਆ ਵੀ ਸੀਗਾ ਵੀ ਇਹ, ਅਸੀਂ ਉਹਨਾਂ ਦੀ ਟਰੇਸ ਕਰ ਰਹੇ, ਉਹਨੂੰ ਲੱਭ ਰਹੇ ਹਾਂ। ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਜੀ? ਟੀਮਾਂ ਬਣੀਆਂ ਹੋਈਆਂ ਅਲੱਗ ਅਲੱਗ, ਹਰੇਕ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ। ਕੋਈ ਫੋਨ ਵਗੈਰਾ ਟਰੇਸ ਹੋ ਜੇ ਜਾਂ ਹੋਰ ਕੋਈ ਗੱਲ ਹੋਵੇ ਤਾਂ ਸਾਨੂੰ, ਅੱਜ ਅਸੀਂ ਸਕੂਲ ਦੇ ਵਿੱਚ ਜਾ ਕੇ ਪਤਾ ਕਰਾਂਗੇ ਉਹਨਾਂ ਦੀਆਂ ਫਰੈਂਡਸ ਨੂੰ, ਜਾਂ ਵੀ ਉਹ ਕੀ ਗੱਲਾਂ ਕਰਦੀਆਂ ਸੀ ਉਹਨਾਂ ਨਾਲ, ਕੋਈ ਉਹਨਾਂ ਦੀ ਪਲੈਨਿੰਗ ਸੀਗੀ ਜਾਂ ਉਹ ਕਿਸੇ ਤੋਂ ਦੁਖੀ ਹੋ ਕੇ ਗਈਆਂ ਨੇ ਜਾਂ ਆਪਣੀ ਸਹਿਮਤੀ ਨਾਲ ਗਈਆਂ ਨੇ। ਨਾਬਾਲਗ ਨੇ ਜੀ, 14। ਬਠਿੰਡਾ ਤੋਂ ਮਨਦੀਪ ਰਾਣੀ ਦੀ ਰਿਪੋਰਟ, ਪੰਜਾਬ ਟੂਡੇ।